इंडिया क्राइम न्यूज़ वेख रहे सारे दर्शकों का स्वागत करते हाँ। इस वेले दी एक वड्डी खबर बटाला तो नशर करन जा रहे हाँ, जिथे SSP बटाला सरदार रशपाल सिंह ने एक प्रेस मीटिंग राही मीडिया नूं इह जानकारी दित्ती कि बीते दिनी थाणा कमान अधीन आउंदा पिंड बल्लड़वाल जिथे कि गोलीकांड होया सी अते इक्को परिवार के चार मैंबरां दी मौत होई सी, उस कतलकांड नूं सुलझाउंदे होए पुलिस वल्लों सारे ही आरोपियों नूं काबू किया गया है। उन्होंने दस्सिया कि 24 घंटिया अंदर इन्हां सारयां दी गिरफ्तारी हुई है। वेखदे रहो चैनल इंडिया क्राइम न्यूज़, पत्रकार नरेंद्र कौर परिवाल ते रिंकू राजा की खास रिपोर्ट। बल्लड़वाल दे काफ़ी वड्डा पिंड आ और उस पिंड दे विच सुखजिंदर सिंह एलियस सोनी उस बंदे ने सवेरे कोई 6 बजे के करीब अपने सर्विस पिस्टल दे नाल पिंड दे विच ही रंजिश करके ते उन्हें पहला 2 बंदे ने गोलियां मारियां जिथे एक मर गया दूजा जख्मी हो गया और उस तो बाद वख-वख थावां ते 6 बंदियां नूं अपने सर्विस पिस्टल दे नाल गोलियां मार के जिहड़ा है वो जख्मी करता, जिहदे विच 2 दी मौके ते डैथ हो गई सी, 2 दी हस्पताल जांदिया डैथ हो गई सी और 2 जिहड़े जख्मी ने। सो ये वारदात कल 4 तरीक नूं सवेरे 6 बजे होई सी। असीं तुहानूं इत्थे स्पैशल दसना चाहुंदे हाँ कि वारदात जदों होई आ इमीडिएटली जिहड़ा है वह असी सारा जिला बटाला दे जिन्ने ही साडे सीनियर अफसर ने SPD SP हैडक्वार्टर और सारे DSP सबान वख-वख टीमां बना के मौके ते और मुलजम दी भाल दे विच जिहड़ा है वह कढ़तियां सी क्योंकि मुलजम उत्थों एस्केप हो गया सी। सो इहदे विच जिहड़ा हैगा ਉਹ ਟੋਟਲ 3 ਮੁਲਜ਼ਮ ਜਿਹੜਾ ਹੈ ਉਹ ਲਿਖਾਏ ਸੀ। 3 ਮੁਲਜ਼ਮਾਂ ਦੇ ਵਿੱਚ ਜਿਹੜਾ ਸੁਖਜਿੰਦਰ ਸਿੰਘ ਸੋਨੀ, ਇੱਕ ਉਹਦੀ ਵਾਈਫ ਅਤੇ ਇੱਕ ਉਹਦਾ ਭਰਾ ਜਤਿੰਦਰ, ਇਹ 3 ਮੁਲਜ਼ਮ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 2 ਮੁਲਜ਼ਮ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਸੀ, ਰਾਊਂਡ ਅਪ ਕਰ ਲਏ ਸੀ। ਔਰ ਜਿਹੜਾ ਇਹ ਸੁਖਜਿੰਦਰ ਸੋਨੀ ਆ ਇਹ ਜਿਹੜਾ ਹੈ ਇਹ ਕਿਤੇ ਕੋਈ ਗੁੰਮਸ਼ੁਦਾ ਥਾਂ ਦੇ ਉੱਤੇ ਜਾ ਕੇ ਛਿਪ ਗਿਆ ਹੋਇਆ ਸੀ, ਜਿਹਨੂੰ ਵੱਖ-ਵੱਖ ਪਾਰਟੀਆਂ ਜਿਹੜੀਆਂ ਕਿ ਅਸੀਂ ਲਾਈਆਂ ਹੋਈਆਂ ਸੀ SPD ਦੀ ਗਵਾਹੀ ਤਹਿਤ, ਉਹਦੇ 'ਚ ਇੱਕ ਪਾਰਟੀ ਅੱਜ ਸਾਡੇ ਗੁਰਦੀਪ ਜੀ ਗੁਰਦੀਪ ਨੇ ਇਹ ਬਿਆਸ ਦੇ ਜਿਹੜਾ ਜੰਗਲ ਏਰੀਆ ਸੀ ਜਿਹੜਾ ਬੇਬਾਦ ਏਰੀਆ ਸੀ ਉਹਦੇ ਵਿੱਚ ਛੁਪਿਆ ਹੋਇਆ ਸੀ, ਉੱਥੋਂ ਇਹਨੂੰ ਜਿਹੜਾ ਹੈ ਉਹ ਰਾਊਂਡ ਅਪ ਕਰ ਲਿਆ। ਸੋ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਇਹ ਜਿਹੜਾ 4 ਮਰਡਰ ਵਾਲਾ ਕੇਸ ਸੀ ਜਿਹਦੇ 'ਚ 4 ਦੀ ਮੌਤ ਹੋਈ ਸੀ, 2 ਜ਼ਖਮੀ ਹੋਏ ਸੀ ਔਰ ਇਹਨਾਂ ਨੂੰ 24 ਘੰਟਿਆਂ ਦੇ ਲਗਭਗ ਵਿੱਚ ਜਿਹੜਾ ਹੈ ਸਾਰਟ ਆਊਟ ਕਰ ਲਿਆ ਔਰ ਬੰਦੇ ਵੀ ਜਿਹੜੇ ਅਰੈਸਟ ਕਰ ਲਏ। ਸਰ ਇਹਦੇ ਵਿੱਚ ਪਤਾ ਚੱਲਿਆ ਜੀ ਇਹਦੇ 'ਚ ਸਰ ਇੱਦਾਂ ਜੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਮੁੱਖ ਰੰਜਿਸ਼ ਆਈ ਆ ਉਹਦੇ 'ਚ ਇੱਕ ਤਾਂ ਇਹਨਾਂ ਦਾ ਜਿਹੜਾ ਅਸੀਂ ਆਪਣੇ ਸਰਦਾਰ ਮੰਗਲ ਸਿੰਘ ਇਹਦਾ ਸਰਪੰਚੀ ਤੋਂ ਲੈ ਕੇ ਕਿਉਂਕਿ ਜਿਹੜਾ ਇਹ ਸੁਖਜਿੰਦਰ ਸਿੰਘ ਐਲੀਅਸ ਸੋਨੀ ਆ ਇਹ ਮੌਜੂਦਾ ਮੈਂਬਰ ਪੰਚਾਇਤ ਆ ਪਿੰਡ ਦਾ ਔਰ ਇਹਨਾਂ ਦਾ ਸਰਪੰਚੀ ਨੂੰ ਲੈ ਕੇ ਵੀ ਇੱਕ ਇਹਨਾਂ ਦਾ ਜਿਹੜਾ ਵਾਦ ਵਿਵਾਦ ਸੀ ਪਿੰਡ ਦੇ ਵਿੱਚ, ਦੂਸਰਾ ਇੱਕ ਡੀਪੂ ਨੂੰ ਲੈ ਕੇ ਵਾਦ ਵਿਵਾਦ ਸੀ, ਤੀਸਰਾ ਇਹਨਾਂ ਦਾ ਲੜਕੀ ਅਤੇ ਲੜਕੇ ਦੇ ਇਲਸਟ ਰਿਲੇਸ਼ਨ ਨੂੰ ਲੈ ਕੇ ਵੀ ਵਿਵਾਦ ਸੀ ਜਿਹੜਾ ਕਿ ਨੋਟਿਸ ਵਿੱਚ ਆਇਆ ਹੈ ਹੁਣ ਤੱਕ ਦੀ ਤਫਤੀਸ਼ ਦੇ ਵਿੱਚ। ਸਰ ਜਿਹੜਾ ਮੁੱਖ ਆਰੋਪੀ ਆ ਉਹਦੇ ਘਰ ਦੇ ਵਿੱਚੋਂ ਵੀ ਕੋਈ ਅਸਲਾ ਬਰਾਮਦ ਕੀਤਾ ਗਿਆ ਜੀ ਪੁਲਿਸ ਦੇ ਵੱਲੋਂ? ਉਹਦੇ ਘਰ ਦੇ ਵਰਤਿਆ ਉਸ ਤੋਂ ਇਲਾਵਾ ਹਾਂ ਉਹਦੇ ਘਰ ਦੇ ਵਿੱਚੋਂ ਵੀ ਜਿਹੜਾ ਹੈ ਉਹਦੀਆਂ ਲਾਇਸੈਂਸੀ ਰਾਈਫਲ ਸੀ ਜਿਹੜੀ ਆ ਉਹ ਰਿਕਵਰ ਕੀਤੀਆਂ ਨੇ ਉਹ ਮਿਲੀਆਂ ਨੇ। ਜਿਹੜਾ ਇਹ ਪਿਸਟਲ ਇਹਦੇ ਕੋਲੋਂ ਹੁਣ ਰਿਕਵਰ ਕੀਤਾ 2 ਮੈਗਜ਼ੀਨ ਅਤੇ 6 ਜਿੰਦਾ ਕਾਰਤੂਸ ਅਤੇ 1 32 ਬੋਰ ਦਾ ਪਿਸਟਲ, ਇਹ ਇਹਦਾ ਲਾਇਸੈਂਸੀ ਸੀ ਜਿਹੜਾ ਹੁਣ ਮੌਕੇ ਤੋਂ ਇਹਦੇ ਕਬਜ਼ੇ 'ਚੋਂ ਜਿਹੜਾ ਹੈ ਮਤਲਬ ਉਹ ਬਰਾਮਦ ਕੀਤਾ ਹੈਗਾ। ਅਜੇ ਵੀ ਇਹਦੇ ਕੋਲ ਜਿਹੜੇ 6 ਜਿੰਦਾ ਕਾਰਤੂਸ ਸੀ ਮੈਗਜ਼ੀਨ ਦੇ ਵਿੱਚ ਜਦੋਂ ਇਹਨੂੰ ਅਰੈਸਟ ਕੀਤਾ ਜਦੋਂ ਰਾਊਂਡ ਅਪ ਕੀਤਾ ਸਰ। ਜਿਹੜੀ इंडिया क्राइम न्यूज, जुर्म के खिलाफ जंग, आप देख रहे हैं इंडिया क्राइम न्यूज।